ਨਸ਼ਿਆਂ ਖਿਲਾਫ ਪੁਲਿਸ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਅਮਰਗੜ੍ਹ ਪੁਲਿਸ ਨੇ ਇੱਕ ਵਿਅਕਤੀ ਨੂੰ 10 ਕਿਲੋ ਭੁੱਕੀ ਸਣੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਜਦੋਂ ਪੁਲਿਸ ਨੇ ਨਾਕੇਬੰਦੀ ਦੌਰਾਨ ਸ਼ੱਕ ਦੇ ਆਧਾਰ ਤੇ ਮੋਟਰਸਾਈਕਲ ਸਵਾਰ ਬੂਟਾ ਸਿੰਘ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 10 ਕਿਲੋ ਭੁੱਕੀ ਬਰਾਮਦ ਹੋਈ। ਪੁਲਿਸ ਨੇ ਦੋਸ਼ੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਪੈਸ਼ਲ ਨਾਕਾਬੰਦੀ ਲੱਗੀ ਹੋਈ ਸੀ ਜੀ ਬਾਗੜੀਆਂ ਟੀ ਪੁਆਇੰਟ ਕੋਲ, ਉੱਥੇ ਸਾਡੀ ਟੀਮ ਅਤੇ ਨਾਲ ਟ੍ਰੈਫਿਕ ਇੰਚਾਰਜ ਜਿਹੜੇ ਐਸ ਸੀ ਕੇਸਰ ਸਿੰਘ ਜੁਆਇੰਟ ਨਾਕਾਬੰਦੀ ਕਰ ਰਹੇ ਸੀਗੇ। ਉੱਥੇ ਸ਼ੱਕ ਦੇ ਆਧਾਰ 'ਤੇ ਇੱਕ ਬੰਦਾ ਸਾਨੂੰ ਕਾਲੇ ਬੈਗ ਨਾਲ ਮਿਲਿਆ, ਜਿਹਨੂੰ ਚੈੱਕ ਕਰਨ 'ਤੇ ਉਸ ਪਾਸੋਂ 10 ਕਿਲੋ ਭੁੱਕੀ ਬਰਾਮਦ ਹੋਈ ਹੈ, ਜਿਸ ਦੇ ਖਿਲਾਫ 15 ਐਨ ਡੀ ਪੀ ਸਾਈਡ ਦਾ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰਤੀ ਹੈ। ਇਹਦਾ ਨਾਮ ਬੂਟਾ ਸਿੰਘ, ਸਨ ਆਫ ਕਰਤਾਰ ਸਿੰਘ, ਵਾਸੀ ਲੁਧਿਆਣੇ ਦਾ ਜੀ। ਇਹ ਪਹਿਲਾਂ ਵੀ ਕਰਦਾ ਇਹ ਜੀ, ਅਜੇ ਤਫਤੀਸ਼ ਜਾਰੀ ਹੈ, ਜੋ ਵੀ ਸਾਹਮਣੇ ਆਊਗੀ ਗੱਲ ਤੁਹਾਨੂੰ ਦੱਸਾਂਗੇ। ਕਿੰਨੇ ਚਿਰ ਤੋਂ ਕਰ ਰਹੇ? ਮੈਨੂੰ ਤਾਂ ਜੀ ਥੋੜ੍ਹਾ ਜਿਹਾ 1 ਮਹੀਨਾ ਵੀ ਨਹੀਂ ਹੋਇਆ ਜੀ ਹਾਲੇ ਤੱਕ। ਠੀਕ ਹੈ, ਮੈਂ ਖਾਣਾ ਵਾ ਜ਼ਰੂਰ, ਮੈਂ ਤਾਂ ਖਾਣ ਦੀ ਖਾਤਰ ਲੈ ਕੇ। ਕਾਹਦੇ 'ਤੇ ਆ ਰਿਹਾ ਸੀ ਤੂੰ? ਮੋਟਰਸਾਈਕਲ 'ਤੇ ਸੀ ਜੀ। ਜਿਹੜਾ ਇੰਨੀ ਮਾਤਰਾ ਦੇ ਵਿੱਚ ਫੜਿਆ ਗਿਆ ਖਾਣ ਵਾਸਤੇ ਤਾਂ ਲੈ ਕੇ ਨਹੀਂ? ਮਹਾਰਾਜ 3-4 ਜੀ ਅਸੀਂ ਖਾਂਦੇ ਹਾਂ, ਬੇਸ਼ੱਕ ਜੀ ਮਤਲਬ ਮੇਰੇ ਘਰ ਜੱਕ ਚੈੱਕ ਕਰ ਲਓ।